ਮੇਰਾ ਸੁਪਨਾ ਡਾਕਟਰ ਬਣਨਾ ਇੱਕ ਤੇ ਮੈਂ ਵੱਡੇ ਹੋ ਕੇ ਗਰੀਬਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ ਤੇ ਮੈਂ 10ਵੀਂ ਕਲਾਸ ਵਿੱਚੋਂ ਪੰਜਾਬ 'ਚੋਂ ਸੈਕਿੰਡ ਨੰਬਰ 'ਤੇ ਆਈ ਹਾਂ ਸਾਰੀ ਇਹ ਸਾਰੀ ਮਿਹਨਤ ਮੇਰੀ ਨਹੀਂ ਮੇਰੇ ਟੀਚਰਸ ਦੀ ਵੀ ਹੈ ਜਿਨ੍ਹਾਂ ਨੇ ਮੈਨੂੰ ਮਿਹਨਤ ਕਰਾਈ ਅਤੇ ਮਿਹਨਤ ਕਰਨ ਦਾ ਹੌਸਲਾ ਦਿੱਤਾ ਮੰਮਾ ਪਾਪਾ ਬ੍ਰਦਰ ਸਿਸਟਰ ਸਾਰੇ ਮੈਨੂੰ ਬਹੁਤ ਮਿਹਨਤ ਕਰਨ ਲਈ ਸਾਰੇ ਮੈਨੂੰ ਅੱਜ 10ਵੀਂ ਕਕਸ਼ਾ ਦਾ ਰਿਜ਼ਲਟ ਆਇਆ ਔਰ ਉਸਮੇ ਮੈਂ ਟੋਪ ਕੀਆ ਮੈਂ ਇਸਕਾ ਸ਼੍ਰੇਯ ਆਪਣੇ ਮਾਤਾ ਪਿਤਾ ਔਰ ਟੀਚਰਸ ਕੋ ਦੇਣਾ ਚਾਹੂੰਗੀ ਜਿਨ੍ਹਾਂ ਨੇ ਮੁਝੇ ਲਗਨ ਸੇ ਪੜ੍ਹਨੇ ਕੇ ਲੀਏ ਉਤਸ਼ਾਹਿਤ ਕੀਆ ਆਪਣੀ ਮਰਜ਼ੀ ਸੇ ਪੜ੍ਹਤੀ ਥੀ ਪਰ ਟੀਚਰਸ ਐਂਡ ਪੇਰੈਂਟਸ ਨੇ ਕਿਹਾ ਕਿ ਸਪੋਰਟਸ ਵੀ ਰੱਖੋ ਤੋ ਫਿਰ ਮੈਂ ਸਪੋਰਟਸ ਰੱਖਾ ਤੋ ਐਂਡ ਉਸਕੇ ਕਾਰਨ ਵੀ ਮੈਂ ਮੇਰੀ ਪੰਜਾਬ ਮੇ ਪੋਜੀਸ਼ਨ ਆਈ ਹੈ ਐਂਡ ਇਸਕਾ ਸ਼੍ਰੇਯ ਮੈਂ ਆਪਣੇ ਟੀਚਰਸ ਐਂਡ ਪੇਰੈਂਟਸ ਕੋ ਦੇਣਾ ਚਾਹੂੰਗੀ ਮੈਂ ਲੈਕਚਰਾਰ ਵੀ ਕਰਨਾ ਚਾਹ ਲੈਕਚਰਾਰ ਬਣਨਾ ਚਾਹੂੰਗੀ